ਮੁਲਕ ਕਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਨਾਲ ਜੂਝ ਰਿਹਾ ਹੈ ਪਰ ਇਸ ਦਰਮਿਆਨ ਦਿੱਲੀ ਪੁਲਿਸ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਹੋਏ ਹਿੰਸਕ ਰੋਸ ਮਜ਼ਾਰੇ ਦੀ ਜਾਂਚ ਵਿੱਚ ਗ੍ਰਿਫਤਾਰੀਆਂ ਵਿੱਚ ਮਸ਼ਰੂਫ ਹੈ ਪਰ ਇਸ ਦੌਰਾਨ ਪੁਲਿਸ ਨੇ ਇੱਕ ਗਰਭਵਤੀ ਸਟੂਡੈਂਟ ਸਫੂਰਾ ਜਰਗਰ ਨੂੰ ਗ੍ਰਿਫਤਾਰ ਕਰ ਤਿਹਾੜ ਜੇਲ੍ਹ ਭੇਜ ਦਿੱਤਾ ਹੈ ਅਤੇ ਉਹ ਵੀ ਮਹਾਮਾਰੀ ਦੇ ਇਹਨਾਂ ਹਾਲਾਤਾਂ ਦਰਮਿਆਨ ਜਦੋਂ ਜੇਲ੍ਹਾਂ 'ਚ ਕੈਦੀਆਂ ਦੇ ਕੋਰੋਨਾ ਪ੍ਰਭਾਵਿਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। 27 ਵਰ੍ਹਿਆਂ ਦੀ ਸੋਸ਼ੋਲੋਜੀ ਦੀ ਵਿਦਿਆਰਥਣ ਸਫੂਰਾ ਜਰਗਰ ਨੂੰ ਉਸਦੇ ਸਾਊਥ ਈਸਟ ਦਿੱਲੀ ਵਿਚਲੇ ਘਰ 'ਚੋਂ ਕੁਝ ਪੁਲਿਸ ਵਾਲੇ ਪੁੱਛਗਿੱਛ ਲਈ ਲੈ ਕੇ ਗਏ। ਉਸਦੇ ਪਤੀ ਦਾ ਕਹਿਣਾ ਹੈ ਕਿ ਹਾਲੇ 19 ਮਹੀਨੇ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਅਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਸਫੂਰਾ ਗਰਭਵਤੀ ਹੈ। ਉਹ ਇਹਨਾਂ ਦਿਨਾਂ ਵਿੱਚ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਪਰ ਖੁਦ ਨੂੰ ਐਂਟੀ ਟੈਰਰ ਵਿੰਗ ਦੇ ਸਪੈਸ਼ਲ ਸੈੱਲ ਦੇ ਮੁਲਾਜ਼ਮ ਦੱਸਦੇ ਹੋਏ ਪੁਲਿਸ ਵਾਲੇ ਉਸ ਨੂੰ ਆਪਣੇ ਨਾਲ ਪੁੱਛਗਿੱਛ ਲਈ ਲੈ ਗਏ। ਉਸਨੇ ਸਿਰਫ ਇੰਨਾ ਕਿਹਾ ਕਿ ਉਹ ਉਸ ਤੋਂ ਪਿਛਲੇ ਮਹੀਨਿਆਂ ਦੌਰਾਨ ਦਿੱਲੀ ਵਿੱਚ ਹੋਏ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਜ਼ਾਰਿਆਂ 'ਚ ਉਸਦੀ ਭੂਮਿਕਾ ਬਾਰੇ ਪੁੱਛਗਿੱਛ ਕਰਨਾ ਚਾਹੁੰਦੇ ਹਨ ਪਰ ਉਸ ਤੋਂ ਪੁਲਿਸ ਸਟੇਸ਼ਨ ਵਿੱਚ ਕਈ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਰਾਤ ਕਰੀਬ 10:30 ਵਜੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਮਾਮਲਾ 10 ਅਪ੍ਰੈਲ ਸ਼ੁੱਕਰਵਾਰ ਦਾ ਹੈ। ਇਸ ਵੇਲੇ ਜਦੋਂ ਕਿ ਸਰਕਾਰ ਦੀ ਆਪਣੀ ਐਡਵਾਈਜ਼ਰੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਗਰਭਵਤੀ ਔਰਤਾਂ ਲਈ ਵੱਧ ਘਾਤਕ ਹੈ ਤਾਂ ਇਸ ਦਰਮਿਆਨ ਉਸ ਨੂੰ ਗ੍ਰਿਫਤਾਰ ਕਰ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। ਉਸਦਾ ਪਤੀ ਉਸਦੀ ਸਲਾਮਤੀ ਨੂੰ ਲੈ ਕੇ ਫਿਕਰਮੰਦ ਹੈ। ਜਾਰਗਰ ਉੱਪਰ ਗੈਰ ਕਾਨੂੰਨੀ ਗਤੀਵਿਧੀ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਹੋਇਆ ਹੈ ਜਿਸ ਵਿੱਚ ਉਸਨੂੰ ਜ਼ਮਾਨਤ ਦਾ ਮਿਲਣਾ ਵੀ ਮੁਮਕਿਨ ਨਜ਼ਰ ਨਹੀਂ ਆ ਰਿਹਾ। ਉਸਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਆਪਣੇ ਪਤੀ ਅਤੇ ਵਕੀਲ ਨਾਲ ਸਿਰਫ 5 ਮਿੰਟ ਹੀ ਗੱਲ ਕਰ ਸਕੀ। ਜਾਰਗਰ ਹੀ ਨਹੀਂ ਹੁਣ ਤੱਕ 25 ਮਾਰਚ ਤੋਂ ਲਾਕਡਾਊਨ ਦਾ ਫਰਮਾਨ ਸੁਣਾਉਣ ਤੋਂ ਬਾਅਦ ਕਈ ਮੁਸਲਿਮ ਵਿਦਿਆਰਥੀ ਅਤੇ ਕਾਰਕੁਨ ਗ੍ਰਿਫਤਾਰ ਕੀਤੇ ਗਏ ਨੇ ਜਿਸ ਵੇਲੇ ਜਦੋਂ ਜੇਲ੍ਹਾਂ ਵਿੱਚ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਤਾਂ ਪੁਲਿਸ ਦਾ ਇਹ ਵਤੀਰਾ ਸਮਝ ਤੋਂ ਬਾਹਰ ਹੈ। ਉਸਦੇ ਪਤੀ ਦਾ ਕਹਿਣਾ ਹੈ ਕਿ ਵਿਦਿਆਰਥੀ ਜਥੇਬੰਦੀ ਦਾ ਮੈਂਬਰ ਹੋਣ ਦੇ ਨਾਤੇ ਉਹ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਉਹਨਾਂ ਦਿਨਾਂ ਵਿੱਚ ਹੋਏ ਸ਼ਾਂਤਮਈ ਰੋਸ ਮੁਜ਼ਾਹਰਿਆਂ 'ਚ ਸਰਗਰਮ ਜ਼ਰੂਰ ਰਹੀ ਪਰ ਉਹ ਕਿਸੇ ਹਿੰਸਕ ਗਤੀਵਿਧੀ 'ਚ ਸ਼ਾਮਿਲ ਨਹੀਂ ਸੀ। ਉਸਦੀ ਭੈਣ ਸਾਮੀਆਂ ਦਾ ਕਹਿਣਾ ਹੈ ਕਿ ਉਹ ਬੇਹੱਦ ਭਾਵੁਕ ਇਮਾਨਦਾਰ ਸ਼ਖਸੀਅਤ ਦੀ ਮਾਲਕ ਹੈ। ਉਸਦਾ ਕਹਿਣਾ ਹੈ ਕਿ ਮੇਰੀ ਭੈਣ ਕੋਈ ਕ੍ਰਿਮੀਨਲ ਨਹੀਂ, ਉਹ ਇੱਕ ਵਿਦਿਆਰਥੀ ਆਗੂ ਹੈ ਜੋ ਜਮਹੂਰੀ ਤਰੀਕੇ ਨਾਲ ਸ਼ਾਂਤਮਈ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੀ ਸੀ। ਹਾਲਾਂਕਿ ਦਿੱਲੀ ਪੁਲਿਸ ਦੀ ਦਲੀਲ ਹੈ ਕਿ ਉਸ ਕੋਲ ਇਹਨਾਂ ਗ੍ਰਿਫਤਾਰੀਆਂ ਦੇ ਠੋਸ ਆਧਾਰ ਹਨ ਅਤੇ ਸਭ ਨੂੰ ਠੋਸ ਸਬੂਤਾਂ ਦੇ ਆਧਾਰ 'ਤੇ ਹੀ ਗ੍ਰਿਫਤਾਰ ਕੀਤਾ ਗਿਆ ਹੈ। ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਪੁਲਿਸ ਦਾ ਇਹ ਵਤੀਰਾ ਸਮਝ ਤੋਂ ਬਾਹਰ ਹੈ, ਬੇਵਜ੍ਹਾ ਵਿਦਿਆਰਥੀਆਂ ਨੂੰ ਫਸਾਇਆ ਜਾ ਰਿਹਾ ਹੈ, ਸਰਕਾਰ ਜਬਰ ਨਾਲ ਹਰ ਆਵਾਜ਼ ਦਬਾਉਣਾ ਚਾਹੁੰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਰਿਪੋਰਟ ਮੁਤਾਬਕ ਫਰਵਰੀ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਪੁਲਿਸ ਨੇ 800 ਗ੍ਰਿਫਤਾਰੀਆਂ ਕੀਤੀਆਂ ਹਨ ਜਿਨ੍ਹਾਂ 'ਚੋਂ ਦਰਜਨਾਂ ਲਾਕਡਾਊਨ ਦਰਮਿਆਨ ਚੁੱਕੇ ਗਏ। ਉਹਨਾਂ ਮੁਤਾਬਕ ਦਿੱਲੀ ਪੁਲਿਸ ਜੋ ਫੈਡਰਲ ਹੋਮ ਮਿਨਿਸਟਰੀ ਹੇਠ ਹੈ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਜਰਗਰ ਤੋਂ ਇਲਾਵਾ ਪੁਲਿਸ ਮੀਰਨ ਹੈਦਰ ਅਤੇ ਰਿਸਰਚ ਸਕਾਲਰ ਸਾਈਫਾ ਉਰ ਰਹਿਮਾਨ, MBA ਸਟੂਡੈਂਟ ਗੁਲਫਿਸ਼ਾ ਅਤੇ ਇੱਕ ਸਾਬਕਾ ਮਿਊਂਸੀਪਲ ਕੌਂਸਲਰ ਇਸ਼ਰਤ ਜਹਾਂ ਨੂੰ CA ਵਿਰੋਧੀ ਮੁਜ਼ਾਹਰਿਆਂ 'ਚ ਸ਼ਾਮਿਲ ਹੋਣ ਲਈ ਗ੍ਰਿਫਤਾਰ ਕਰ ਚੁੱਕੀ ਹੈ। ਸਭ ਵਿੱਚ ਪੁਲਿਸ ਇੱਕ ਥਿਊਰੀ ਹੀ ਕਰ ਰਹੀ ਹੈ, ਦੰਗੇ ਭੜਕਾਉਣ, ਹੇਟ ਸਪੀਚ ਦੇ ਇਲਜ਼ਾਮ UAPA ਤਹਿਤ ਤਰਾਵਾਂ ਲਗਾਈਆਂ ਗਈਆਂ ਹਨ। ਐਮਨੈਸਟੀ ਇੰਟਰਨੈਸ਼ਨਲ ਦੇ ਇੰਡੀਅਨ ਐਗਜ਼ੀਕਿਊਟਿਵ ਡਾਇਰੈਕਟਰ ਅਵਿਨਾਸ਼ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਆਜ਼ਾਦਾਨਾ ਆਵਾਜ਼ ਬੁਲੰਦ ਕਰਨ ਦੇ ਹੱਕਾਂ ਨੂੰ ਕੁਚਲ ਰਹੀ ਹੈ ਅਤੇ ਸਫੂਰਾ ਨੂੰ ਜਿਸ ਤਰ੍ਹਾਂ ਗਰਭਵਤੀ ਹੁੰਦਿਆਂ ਜੇਲ੍ਹ 'ਚ ਸੁੱਟਿਆ ਗਿਆ ਉਹ ਵੀ ਉਹਨਾਂ ਹਾਲਾਤਾਂ ਵਿੱਚ ਜਦੋਂ ਮੁਲਕ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਇਹ ਬੇਹੱਦ ਮੰਦਭਾਗਾ ਅਤੇ ਜਾਲਮਾਨਾ ਹੈ। ਇਸ ਦਰਮਿਆਨ AISA ਦਿੱਲੀ ਦੀ ਮੁਖੀ ਕਵਲਪ੍ਰੀਤ ਕੌਰ ਦਾ ਕਹਿਣਾ ਹੈ ਕਿ ਲਾਕਡਾਊਨ ਦੀ ਆੜ ਵਿੱਚ ਸਰਕਾਰ ਉਹਨਾਂ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਨ੍ਹਾਂ ਨੇ CAA NRC ਦੇ ਖਿਲਾਫ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ। ਖੁਦ ਸਿੱਖ ਕੁੜੀ ਕਵਲਪ੍ਰੀਤ ਕੌਰ ਦਾ ਮੋਬਾਈਲ ਫੋਨ ਦਿੱਲੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਖਾਸ ਗੱਲਬਾਤ ਦੌਰਾਨ ਕਵਲਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਆਪਣਾ ਫੋਨ ਪੁਲਿਸ ਦੇ ਹਵਾਲੇ ਕਰ ਦਿੱਤਾ ਕਿਉਂਕਿ ਉਹਨਾਂ ਦੇ ਕੋਲ ਛੁਪਾਉਣ ਦੇ ਲਈ ਕੁਝ ਵੀ ਨਹੀਂ ਹੈ। ਇਸ ਸੋਮਵਾਰ ਕੋ ਦਿੱਲੀ ਪੁਲਿਸ ਕੇ ਲੋਕ ਮੇਰੇ ਘਰ ਪੇ ਆਏ ਥੇ ਸਪੈਸ਼ਲ ਬ੍ਰਾਂਚ ਕੇ। ਮੈਂ ਵਹਾਂ ਗਈ ਔਰ ਮੈਨੇ ਉਨਸੇ ਪੁੱਛਾ ਕਿ ਆਪਕੋ ਕਿਆ ਚਾਹੀਏ ਔਰ ਆਪ ਐਸੇ ਹੀ ਜਬ ਪੂਰਾ ਸਰਕਾਰ ਕਹਿ ਰਹਾ ਹੈ ਕਿ ਕੋਰੋਨਾ ਵਾਇਰਸ ਕਾ ਟਾਈਮ ਹੈ, ਘਰ ਸੇ ਬਾਹਰ ਮਤ ਨਿਕਲੋ, ਆਪ ਅਭੀ ਕਿਉਂ ਆਏ ਔਰ ਬੈਟਰ ਆਪ ਮੁਝੇ ਕਾਲ ਕਰ ਲੇਤੇ, ਆਪਕੋ ਕਿਆ ਜ਼ਰੂਰਤ ਹੈ। ਤੋ ਉਨ੍ਹੋਂਨੇ ਕਹਾ ਕਿ ਵੋ ਮੇਰਾ ਫੋਨ ਲੇ ਕੇ ਜਾਣਾ ਚਾਹਤੇ ਹੈ ਔਰ ਮੈਨੇ ਜਬ ਰੈਫਰੈਂਸ ਪੁੱਛਾ ਕਿ ਕਿਸ ਚੀਜ਼ ਕੇ ਲੀਏ ਨੋਟਿਸ ਹੈ ਆਪਕੇ ਪਾਸ, ਕਿਆ ਇਨਵੈਸਟੀਗੇਸ਼ਨ ਹੈ, ਤੋ ਉਨ੍ਹੋਂਨੇ ਮੁਝੇ ਇਹ ਬਤਾਇਆ ਕਿ ਜੋ ਦਿੱਲੀ ਦੰਗੇ ਹੋਏ ਥੇ ਉਸਮੇ ਵੋ FIR ਜੋ ਇਨ੍ਹੋਂਨੇ ਮਾਰਚ ਕੇ ਮਹੀਨੇ ਮੇਂ ਕੀਆ ਹੈ ਜਿਸਮੇ ਮੈਂ ਨੇਮਡ ਨਹੀਂ ਹੂੰ, ਉਸ ਕੇਸ ਕੇ ਲੀਏ ਵੋ ਮੇਰੇ ਫੋਨ ਮੇਂ ਇਨਵੈਸਟੀਗੇਸ਼ਨ ਕਰੇਂਗੇ ਔਰ ਮੇਰੇ ਫੋਨ ਕੋ ਫੋਰੈਂਸਿਕ ਜਾਂਚ ਮੇਂ ਭੇਜੇਗਾ ਜੋ ਵੀ ਹੈ। ਇਸ ਗੱਲਬਾਤ ਦੌਰਾਨ ਕਵਲਪ੍ਰੀਤ ਕੌਰ ਨੇ ਇਲਜ਼ਾਮ ਲਗਾਏ ਨੇ ਕਿ ਲਾਕਡਾਊਨ ਦੇ ਵਕਤ ਜਦੋਂ ਵਿਦਿਆਰਥੀ ਆਪਣੇ ਘਰਾਂ ਤੋਂ ਨਿਕਲ ਨਹੀਂ ਸਕਦਾ ਉਸਨੂੰ ਕਾਨੂੰਨੀ ਮਦਦ ਲੈਣ 'ਚ ਦਿੱਕਤ ਹੋ ਰਹੀ ਹੈ, ਉਸ ਵੇਲੇ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਹੈ, ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਦਿਸ ਵਾਸ ਵੈਰੀ ਇਨਹਿਊਮਨ ਕਿਉਂਕਿ ਜਬ ਸੁਪਰੀਮ ਕੋਰਟ ਇਸ ਬਾਤ ਕੋ ਕਹਿ ਰਹਾ ਹੈ ਕਿ ਅਭੀ ਆਪ ਜੇਲੋ ਕੋ ਖਾਲੀ ਕਰੀਏ
और दुनिया के हर एक देश में लोग जेलों को खाली कर रहे हैं, लोग ये चाह रहे हैं कि सब लोगों का हेल्थ सेफ रहे। उस टाइम में दिल्ली पुलिस इस तरह से स्टूडेंट्स के घरों में जाकर स्टूडेंट्स को पकड़ रही है और हमारे घर में भी आई है और स्टूडेंट्स को जेलों में बंद कर रही है। और साथ ही में हम लोगों के लिए जो कॉमन लोग हैं इस देश के, उनके लिए लीगल हेल्प एक्सेस करना बहुत डिफिकल्ट है क्योंकि हम फिजिकली कहीं भी जा नहीं सकते लॉकडाउन की सिचुएशन में। दिल्ली दंगियां ते दिल्ली पुलिस ने जो FIR दर्ज कीती है उस विच कवलप्रीत दा नाम भी है, पर पुलिस ने जांच दे लई उसका फोन जब्त कीता है। दस दईए कि इस FIR विच UAPA नु भी लगाया गया है। कवलप्रीत कौर का कहना है कि उन्होंने DU तो लैके दिल्ली की कई थावां ते CA के खिलाफ प्रदर्शन की अगवाई की है। प्रदर्शन वाली थान से पुलिस भी मौजूद होंगी सी, पुलिस रिकॉर्डिंग भी करती सी। अजिहे विच सब कुछ शीशे की तरह साफ है, पर फिर भी पुलिस हुण विद्यार्थियों नू परेशान कर रही है, निशाना बना रही है। कवलप्रीत कौर का इल्जाम है कि सरकार की मंशा शायद यह है कि लॉकडाउन की आड़ च सवाल उठाउण वाले सोचण समझण वाले सारे विद्यार्थियों डरा दिता जावे, उन्होंने खत्म कर दिता जावे, ताकि CAA के खिलाफ जो विद्यार्थी अंदोलन होया सी वो लॉकडाउन के दरम्यान ही कुचल दिता जावे। ग्लोब एडवाइस ओवरसीज एजुकेशन ते इमीग्रेशन कंपनी हैगी है, सानू 35 साल का एक्सपीरियंस है। असी बच्चों नू उन्हां दे प्रोग्राम सिलेक्शन ते स्कॉलरशिप्स विच हेल्प करने हैं। असी बच्चों नू अप टू 50 lakh तक स्कॉलरशिप्स लैके दित्तियां हुई ने। असी बच्चों के वीज़ा LORs SOPs हेल्प करने हैं, ते पोस्ट लैंडिंग सर्विसिज विच एयरपोर्ट पिकअप ते उन्हां दी टैंपरेरी अकोमोडेशन का इंतजाम भी करने हैं। जेकर तुहानू साडा इह उपराला चंगा लगा है तां इस नू लाइक करो, शेयर करो अते साडे YouTube चैनल नू सबसक्राइब करो।